ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਪਿਸ਼ਵਰਾਜ ਸਿੰਘ ਪੰਨੂ, ਜ਼ਿਲ੍ਹਾ ਤਰਨ ਤਾਰਨ ਦੇ ਬਟੋਆ ਸਥਿਤ ਸੀਨੀਅਰ ਸੈਕੰਡਰੀ ਸਕੂਲ ਨੇੜੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੋਕਾਂ ਨੂੰ ਉਹਨਾਂ ਦੇ ਬਣਦੇ ਅਧਿਕਾਰਾਂ ਅਤੇ ਵੱਖ ਵੱਖ ਸਮਾਜ ਭਲਾਈ ਸਕੀਮਾਂ ਤਹਿਤ ਬਣਦੀਆਂ ਸਹੂਲਤਾਂ ਤੋਂ ਜਾਣੂ ਕਰਵਾਉਣ ਲਈ ਲਗਾਇਆ ਵਿਸ਼ੇਸ਼ ਕੈਂਪ। ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਐਗਜੈਕਟਿਵ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜਸਟਿਸ TPS ਸਮਾਨ ਵਿਸ਼ੇਸ਼ ਤੌਰ 'ਤੇ ਪੁੱਜੇ। ਸਰਹੱਦੀ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਬਟੋਆ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਅਮਰਕੋਟ ਰੋਡ 'ਤੇ ਮੰਗਲਵਾਰ ਨੂੰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇੱਕ ਵਿਸ਼ਾਲ ਚੇਤਨਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ ਦੇ 26 ਸਟਾਲਾਂ ਅਤੇ ਸਕੀਮਾਂ ਦਾ ਲਾਭ ਲੈਣ ਲਈ 4585 ਲਾਭਪਾਤਰੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜੋ ਕਿ ਉਹਨਾਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਉਂਦੀ ਏ ਜੋ ਕਮਜ਼ੋਰ ਵਰਗ ਦੇ ਲੋਕ ਹੁੰਦੇ ਨੇ, ਉੱਥੇ ਅਥਾਰਟੀ ਕਮਜ਼ੋਰ ਵਰਗ ਦੇ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਅਤੇ ਵੱਖ ਵੱਖ ਸਮਾਜ ਭਲਾਈ ਸਕੀਮਾਂ ਤਹਿਤ ਬਣਦੀਆਂ ਸਹੂਲਤਾਂ ਤੋਂ ਜਾਣੂ ਕਰਵਾਉਣ ਲਈ ਪ੍ਰਤੀਬੱਧ ਏ। ਇਹ ਵਿਚਾਰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਐਗਜੈਕਟਿਵ ਚੇਅਰਮੈਨ ਪੰਜਾਬ ਲੀਗਲ ਸਰਵਿਸ ਅਥਾਰਟੀ ਜਸਟਿਸ TPS ਮਾਨ ਹੋਰਾਂ ਨੇ ਮੰਗਲਵਾਰ ਨੂੰ ਕਹੇ। ਆਮ ਲੋਕਾਂ ਅਤੇ PLV ਨੂੰ ਵੀ ਕਈ ਵਾਰ ਸਕੀਮਾਂ ਨੂੰ ਸਮਝਣ ਵਿੱਚ ਪਰੇਸ਼ਾਨੀ ਹੁੰਦੀ ਹੈ। ਇਸ ਔਕ ਨੂੰ ਨਜਿੱਠਣ ਲਈ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਨੇ ਸਕੀਮਾਂ ਦੀ ਸੰਖੇਪ ਵਿਸ਼ੇਸ਼ਤਾਵਾਂ ਕੱਢ ਕੇ ਇੱਕ ਕਿਤਾਬ ਗਵਰਨਮੈਂਟ ਬੈਨੀਫਿਸ਼ੀਅਲ ਸਕੀਮ। ਜਸਟਿਸ TPS ਮਾਨ ਹੋਰਾਂ ਨੇ ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਲਟੋਆ ਨਜ਼ਦੀਕ ਲਗਾਏ ਗਏ ਰਾਜ ਪੱਧਰੀ ਕਾਨੂੰਨੀ ਸੇਵਾਵਾਂ ਦੇ ਚੇਤਨਾ ਕੈਂਪ ਦਾ ਉਦਘਾਟਨ ਕਰਨ ਉਪਰੰਤ ਗੌਰਮੈਂਟ ਬੈਨੀਫਿਸ਼ੀਅਲ ਸਕੀਮਸ ਨਾਮ ਦੀ ਕਿਤਾਬ ਜਾਰੀ ਕੀਤੀ। ਇਸ ਮੌਕੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਪ੍ਰਬੰਧਕੀ ਜੱਜ ਸੈਸ਼ਨ ਡਿਵੀਜ਼ਨ ਤਰਨ ਤਾਰਨ ਜਸਟਿਸ ਅਮਿਤ ਰਾਵਲ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ। ਕਮਿਸ਼ਨਰ ਤਰਨ ਤਾਰਨ ਮੈਡਮ ਹਰਪ੍ਰੀਤ ਕੌਰ ਰੰਧਾਵਾ ਇੰਚਾਰਜ ਸੈਸ਼ਨ ਜੱਜ ਤਰਨ ਤਾਰਨ, ਮੈਂਬਰ ਸੈਕਟਰੀ ਹਰਪ੍ਰੀਤ ਕੌਰ ਜੀਵਨ, ਇਸ ਏਰੀਆ ਦੇ ਰੈਜੀਡੈਂਟਸ ਜੋ ਇੱਥੇ ਵੱਡੀ ਗਿਣਤੀ ਵਿੱਚ ਚੱਲ ਕੇ ਆਏ ਨੇ, ਪੈਰਾਲੀਗਲ ਵਾਲੰਟੀਅਰਸ, ਐਡਵੋਕੇਟਸ ਔਨ ਦੀ ਪੈਨਲ ਆਫ ਦੀ ਲੀਗਲ ਸਰਵਿਸਿਸ, ਮੈਨੂੰ ਇਹ ਮੌਕਾ ਮਿਲਿਆ ਹੈ ਬੀਇੰਗ ਐਗਜੈਕਟਿਵ ਚੇਅਰਮੈਨ ਆਫ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ, ਕਿ ਤੁਹਾਡੇ ਕੋਲ ਆ ਕੇ ਜੋ ਸਕੀਮਾਂ ਲੀਗਲ ਸਰਵਿਸ ਅਥਾਰਟੀਜ਼ ਨੇ ਤੁਹਾਡੇ ਵਾਸਤੇ ਬਣਾਈਆਂ ਨੇ ਉਹਨਾਂ ਦੇ ਬਾਰੇ ਤੁਹਾਨੂੰ ਜਾਗਰੂਕ ਕੀਤਾ ਜਾਵੇ। ਇਸ ਵਾਸਤੇ ਇਹ ਇੱਕ ਪ੍ਰੋਗਰਾਮ ਜਿਹਨੂੰ ਅਸੀਂ ਚੇਤਨਾ ਦਾ ਨਾਮ ਦਿੱਤਾ ਹੈ, ਉਹ ਕੈਂਪ ਅੱਜ ਲਗਾਇਆ ਜਾ ਰਿਹਾ ਹੈ ਇੱਥੇ। ਇਸ ਦਾ ਮਕਸਦ ਹੈ ਇਸ ਮੰਤਵ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਦੂਰ ਦੁਰੇਡੇ ਬੈਠੇ ਲੋਕਾਂ ਤੱਕ ਪਹੁੰਚਾਉਣ ਲਈ ਅੱਜ ਅਸੀਂ ਇਹ ਲੀਗਲ ਸਰਵਿਸਿਜ਼ ਕੈਂਪ ਆਯੋਜਿਤ ਕੀਤਾ ਹੈ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨਾ ਸਿਰਫ ਕਾਨੂੰਨੀ ਸਹਾਇਤਾ ਲਈ ਵਕੀਲਾਂ ਦੀਆਂ ਸੇਵਾ ਮੁਹੱਈਆ ਕਰਵਾਉਂਦੀਆਂ ਹਨ, ਬਲਕਿ ਕਮਜ਼ੋਰ ਵਰਗ ਦੇ ਲੋਕਾਂ ਨੂੰ ਉਹਨਾਂ ਦੇ ਅਧਿਕਾਰ ਅਤੇ ਵੱਖ ਵੱਖ ਸਮਾਜ ਭਲਾਈ ਸਕੀਮਾਂ ਤਹਿਤ ਬਣਦੀਆਂ ਸਹੂਲਤਾਂ ਤੋਂ ਵੀ ਜਾਣੂ ਕਰਵਾਉਂਦੀ ਹੈ। ਅੱਜ ਦੇ ਕੈਂਪ ਵਿੱਚ ਆਏ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਗਈਆਂ ਵੱਖ ਵੱਖ ਲੋਕ ਭਲਾਈ ਸਕੀਮਾਂ ਬਾਰੇ
ਜਾਣਕਾਰੀ ਦਿੱਤੀ ਜਾਵੇਗੀ ਅਤੇ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਜਿਹੜੇ ਲੋਕ ਇਹਨਾਂ ਭਲਾਈ ਸਕੀਮਾਂ ਦੇ ਹੱਕਦਾਰ ਹਨ ਉਹਨਾਂ ਨੂੰ ਇਹਨਾਂ ਸਕੀਮਾਂ ਦਾ ਬਣਦਾ ਲਾਭ ਮਿਲੇ। ਇਸ ਤੋਂ ਇਲਾਵਾ ਇਹ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਇਲਾਕੇ ਦੇ ਲੋਕਾਂ ਦੀਆਂ ਕਾਨੂੰਨੀ ਵਿਸ਼ੇ ਨਾਲ ਸੰਬੰਧਿਤ ਲੋੜਾਂ ਦੀ ਪੂਰਤੀ ਅਤੇ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਲੋਕਾਂ ਤੱਕ ਪਹੁੰਚਣ ਲਈ ਕੁਝ ਅਹਿਮ ਕਦਮ ਚੁੱਕੇ ਗਏ। ਸਟੇਟ ਅਥਾਰਟੀ ਵੱਲੋਂ ਮੁਫਤ ਕਾਨੂੰਨੀ ਸੇਵਾਵਾਂ ਲਈ ਹੈਲਪਲਾਈਨ ਨੰਬਰ 1968-1968 ਇਹਦੀ ਸਰਵਿਸ 24/7 ਮਤਲਬ ਕਿ 24 ਘੰਟੇ 7-7 ਦਿਨ ਹਫ਼ਤੇ ਦੇ ਮੁਹੱਈਆ ਕਰਵਾਈ ਜਾ ਰਹੀ ਹੈ। ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਔਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ। ਤੁਹਾਨੂੰ ਕੋਈ ਜ਼ਰੂਰੀ ਆਫਿਸ ਤੱਕ ਜਾਣ ਦੀ ਕੋਈ ਜ਼ਰੂਰਤ ਨਹੀਂ ਪਏਗੀ। ਆਪਣੇ ਘਰ 'ਚ ਜੇ ਕੰਪਿਊਟਰ ਵਗੈਰਾ ਹੈ ਤਾਂ ਔਨਲਾਈਨ ਰਜਿਸਟਰ ਕਰਾ ਸਕਦੇ ਹੋ। ਸਟੇਟ ਅਥਾਰਟੀ ਵੱਲੋਂ ਮੋਹਾਲੀ ਵਿਖੇ ਲੀਗਲ ਅਸਿਸਟੈਂਟ ਇਸਟੈਬਲਿਸ਼ਮੈਂਟ ਮਤਲਬ ਕਿ ਕਾਨੂੰਨੀ ਸਾਰਥੀ ਖੋਲ੍ਹੀ ਗਈ ਹੈ, ਜਿਸ ਵਿੱਚ ਟੈਲੀਫੋਨ ਅਤੇ ਈਮੇਲ ਰਾਹੀਂ ਲਿਟੀਗੈਂਟਸ ਨੂੰ ਉਹਨਾਂ ਦੇ ਮੁਫਤ ਕਾਨੂੰਨੀ ਸਹਾਇਤਾ ਅਧੀਨ ਚੱਲ ਰਹੇ ਕੇਸਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਮੁਫਤ ਕਾਨੂੰਨੀ ਸੇਵਾਵਾਂ ਦਾ ਦਾਇਰਾ ਵਧਾਉਣ ਲਈ ਲਾਭਪਾਤਰੀਆਂ ਦੀ ਸਾਲਾਨਾ ਆਮਦਨ ਪਹਿਲਾਂ ਜਿਹੜੀ ਸੀਮਾ 1.5 ਲੱਖ ਰੁਪਏ ਸੀ ਇਹਨੂੰ ਵਧਾ ਕੇ 3 ਲੱਖ ਰੁਪਏ ਸਾਲਾਨਾ ਕਰ ਦਿੱਤੀ ਗਈ ਹੈ। ਇਸ ਨਾਲ ਬਹੁਤ ਜ਼ਿਆਦਾ ਲੋਕ ਚਲਾਏ ਜਾ ਰਹੇ ਹਰ ਸਾਂਝ ਕੇਂਦਰ ਵਿੱਚ ਲੀਗਲ ਏਡ ਕਲੀਨਿਕ ਸਥਾਪਿਤ ਕੀਤਾ ਜਾ ਰਿਹਾ ਹੈ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਿਯੁਕਤ ਕਰੀਬ 2500 ਪੈਰਾਲੀਗਲ ਵਲੰਟੀਅਰਸ ਪੂਰੇ ਰਾਜ ਵਿੱਚ ਲੋਕਾਂ ਦੇ ਮਦਦ ਲਈ ਕੰਮ ਕਰ ਰਹੇ ਹਨ। ਹਰ ਸਾਈਕੈਟ੍ਰਿਕ ਹੋਸਪਿਟਲ, ਸਾਈਕੈਟ੍ਰਿਕ ਹੋਮ ਅਤੇ ਬਰਨ ਕੇਸਿਸ ਦੀ ਲੋੜ ਜਿਨ੍ਹਾਂ ਵਿੱਚ ਨੂੰ ਵੀ ਹੋਏਗੀ ਉਹਨਾਂ ਨੂੰ ਹਸਪਤਾਲਾਂ ਵਿੱਚ ਲੀਗਲ ਏਡ ਕਲੀਨਿਕ ਉਹਨਾਂ ਵਾਸਤੇ ਅਵੇਲੇਬਲ ਹੋਣਗੇ। ਅਨੁਸੂਚਿਤ ਜਾਤੀਆਂ ਨੂੰ ਸਹੂਲਤਾਂ ਮੁਹੱਈਆ ਕਰਨ ਲਈ ਹਰ ਅੰਬੇਦਕਰ ਭਵਨ ਵਿੱਚ ਛੇਤੀ ਤੋਂ ਛੇਤੀ ਲੀਗਲ ਏਡ ਕਲੀਨਿਕ ਖੋਲ੍ਹੇ ਜਾਣਗੇ। ਨਵੰਬਰ 2017 ਵਿੱਚ ਰਾਜ ਭਰ ਵਿੱਚ ਅਭਿਆਨ ਸੇਵਾ ਲਈ ਜੁੜੋ ਕਨੈਕਟਿੰਗ ਟੂ ਸਰਵ ਚਲਾਇਆ ਗਿਆ, ਜਿਸ ਅਧੀਨ ਪੇਂਡੂ ਅਤੇ ਖਾਸ ਤੌਰ 'ਤੇ ਪਛੜੇ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕ ਕੀਤਾ ਗਿਆ ਹੈ ਅਤੇ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਉਹਨਾਂ ਤੱਕ ਪਹੁੰਚਾਇਆ ਜਾਵੇਗਾ। ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ 2017 ਪੰਜਾਬ ਭਰ ਵਿੱਚ ਲਾਗੂ ਕਰਵਾਈ ਜਾਵੇਗੀ। ਸਟੇਟ ਅਥਾਰਟੀ ਵੱਲੋਂ ਰਾਜ ਦੇ ਸਮੂਹ ਪਿੰਡਾਂ ਵਿੱਚ 100% ਕਾਨੂੰਨੀ ਜਾਗਰੂਕਤਾ ਦੇ ਮੰਤਵ ਲਈ ਜਾਗੋ ਪ੍ਰੋਜੈਕਟ ਉਲੀਕਿਆ ਗਿਆ ਅਤੇ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੀ ਮਦਦ ਨਾਲ ਸ਼ੁਰੂ ਕੀਤਾ ਗਿਆ। ਕਾਨੂੰਨੀ ਸੇਵਾਵਾਂ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਫੈਲਾਉਣ ਲਈ ਕਾਨੂੰਨੀ ਸਾਖਰਤਾ ਵਿਸ਼ੇ
ਨੂੰ ਸਟੇਟ ਅਥਾਰਟੀ ਵੱਲੋਂ ਸਕੂਲ ਪੱਧਰ ਦੇ ਪਾਠਕ੍ਰਮ ਵਿੱਚ ਸ਼ਾਮਲ ਕਰਵਾਇਆ ਗਿਆ ਹੈ। ਸੇਵਾਵਾਂ ਪ੍ਰਦਾਨ ਕੀਤੀ ਜਾਵੇਗੀ। ਸਟੇਟ ਅਥਾਰਟੀ ਵੱਲੋਂ ਰਾਜ ਭਰ ਦੀਆਂ ਜੇਲ੍ਹਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਕੈਦੀਆਂ ਨਾਲ ਸੰਪਰਕ ਕਰਨ ਦੀ ਸਹੂਲਤ ਵੀ ਆਰੰਭ ਕੀਤੀ ਜਾ ਚੁੱਕੀ ਹੈ। ਹਰ ਜ਼ਿਲ੍ਹੇ ਦੇ ਕੁਝ ਪੈਰਾਲੀਗਲ ਵਲੰਟੀਅਰਾਂ ਨੂੰ ਮਾਨਯੋਗ ਸੁਪਰੀਮ ਕੋਰਟ, ਰਾਜ ਵਿੱਚ ਸਾਰੀਆਂ ਜੇਲ੍ਹਾਂ ਵਿੱਚ ਸਥਾਪਿਤ ਲੀਗਲ ਏਡ ਕਲੀਨਿਕਾਂ ਦਾ ਮਾਰਚ 2018 ਤੱਕ ਆਧੁਨਿਕਰਨ ਕੀਤਾ ਜਾਵੇਗਾ। ਹਰ ਜ਼ਿਲ੍ਹੇ ਦੇ ਘੱਟੋ ਘੱਟ 5 ਸਕੂਲਾਂ ਵਿੱਚ ਖੁੱਲ੍ਹੇ ਲੀਗਲ ਲਿਟਰੇਸੀ ਕਲੱਬ ਵਿੱਚ ਕਿਤਾਬਾਂ ਅਤੇ ਕੰਪਿਊਟਰ ਰੱਖੇ ਜਾਣਗੇ, ਜਿਸ ਰਾਹੀਂ ਬੱਚਿਆਂ ਨੂੰ ਕਾਨੂੰਨੀ ਸੇਵਾਵਾਂ ਅਤੇ ਸਾਰੇ ਵਰਗ ਦੇ ਲੋਕਾਂ ਨੂੰ ਕਾਨੂੰਨੀ ਹੱਕਾਂ ਦੀ ਜਾਣਕਾਰੀ ਮਿਲੇਗੀ। ਲੋਕਾਂ ਦੇ ਝਗੜਿਆਂ ਦਾ ਆਪਸੀ ਸਮਝੌਤੇ ਰਾਹੀਂ ਨਿਪਟਾਰਾ ਕਰਨ ਲਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਹਰ ਜ਼ਿਲ੍ਹਾ ਪੱਧਰ 'ਤੇ ਮੀਡੀਏਸ਼ਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਰਾਜ ਭਰ ਵਿੱਚ ਮਿਤੀ 10/2/2018 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਲੋਕ ਅਦਾਲਤਾਂ ਵਿੱਚ ਗੰਭੀਰ ਕਿਸਮ ਦੇ ਫੌਜਦਾਰੀ ਕੇਸਾਂ ਨੂੰ ਛੱਡ ਕੇ ਬਾਕੀ ਕੇਸਾਂ ਦਾ ਨਿਪਟਾਰਾ ਦੋਨਾਂ ਧਿਰਾਂ ਦੇ ਰਾਜ਼ੀਨਾਮੇ ਰਾਹੀਂ ਕੀਤਾ ਜਾਂਦਾ ਹੈ। ਧਿਰਾਂ ਦੀ ਗੱਲਬਾਤ ਅਤੇ ਤਰੀਕੇ ਰਾਹੀਂ ਰਾਜ਼ੀਨਾਮੇ ਤੱਕ ਪਹੁੰਚਣ ਲਈ ਮਦਦ ਕਰਦੇ ਹਨ। ਇਹ ਇੱਕ ਛੇਤੀ ਅਤੇ ਸਸਤਾ ਨਿਆਂ ਪਾਉਣ ਦਾ ਤਰੀਕਾ ਹੈ। ਇਸ ਫੈਸਲੇ ਦੇ ਖਿਲਾਫ ਕੋਈ ਅਪੀਲ ਨਹੀਂ ਹੁੰਦੀ। ਫੈਸਲਾ ਹੋਣ ਉਪਰੰਤ ਕੋਰਟ ਫੀਸ ਵੀ ਵਾਪਸ ਹੋ ਜਾਂਦੀ ਹੈ। ਇਹ ਸਨ ਵੱਖਰੀਆਂ ਵੱਖਰੀਆਂ ਸਕੀਮਾਂ ਗੌਰਮੈਂਟ ਦੀਆਂ ਸ਼ੁਰੂ ਹੋ ਚੁੱਕੀਆਂ ਨੇ, ਕੁਝ ਰੀਸੈਂਟਲੀ ਇੰਟਰੋਡਿਊਸ ਹੋਈਆਂ ਸੀ ਉਹ ਸ਼ੁਰੂ ਹੋ ਜਾਣਗੀਆਂ, ਔਰ ਮੈਨੂੰ ਪੂਰੀ ਉਮੀਦ ਹੈ ਕਿ ਹਰ ਲੋੜਵੰਦ ਬੰਦੇ ਨੂੰ ਇਹ ਸਕੀਮਾਂ ਦਾ ਫਾਇਦਾ ਹੋਏਗਾ। ਉਹਨਾਂ ਨੂੰ ਆਪਣੇ ਘਰ ਤੋਂ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ, ਨੇੜੇ ਤੋਂ ਨੇੜੇ ਵੀ ਆਪਣੇ ਆਪ ਨੂੰ ਔਨਲਾਈਨ ਰਜਿਸਟਰ ਕਰਾ ਸਕਦੇ ਹਨ। ਅਤੇ ਅਥੋਰਿਟੀਜ਼ ਬੈਠੀਆਂ ਨੇ ਇੱਥੇ, ਅੱਜ ਚੱਲ ਕੇ ਆਈਆਂ ਨੇ, ਅੱਜ ਇੱਥੇ 26 ਕੈਂਪ ਲੱਗੇ ਹੋਏ ਨੇ ਵੱਖਰੇ ਵੱਖਰੀ ਸੇਵਾਵਾਂ ਵਾਸਤੇ। ਜਿੰਨਾ ਵੀ ਕਿਸੇ ਨੂੰ ਕੋਈ ਮੁਸ਼ਕਿਲ ਹੋਵੇਗੀ ਉਸ ਡਿਪਾਰਟਮੈਂਟ ਦੇ ਮੋਹਤਬਰ ਬੰਦੇ ਆ ਜਿਹੜੇ ਇੱਥੇ ਆਏ ਹੋਏ ਨੇ, ਉਹਨਾਂ ਦੀ ਮਦਦ ਨਾਲ ਉਹਨਾਂ ਦੀਆਂ ਜੋ ਦੁੱਖ ਤਕਲੀਫਾਂ ਨੇ ਉਹ ਸੁਣੀਆਂ ਜਾਣਗੀਆਂ, ਔਰ ਜੇ ਹੋ ਸਕਦਾ ਹੋਏਗਾ ਤਾਂ ਮੌਕੇ 'ਤੇ ਨਿਪਟਾਰਾ ਕੀਤਾ ਜਾਵੇਗਾ। ਮੈਂ ਅਖੀਰ 'ਚ ਧੰਨਵਾਦ ਕਰਦਾ ਹਾਂ ਜੋ ਸਾਡੀ ਕਾਲ ਦੇ ਦਿੱਤੇ ਗਏ ਕਾਰਨ ਤੁਸੀਂ ਬੜੀ ਜਲਦੀ ਇਸ ਜਗ੍ਹਾ 'ਤੇ ਪਹੁੰਚੇ। ਆਪਣੇ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਨੇ ਤੁਹਾਡੇ ਤਰਨ ਤਾਰਨ ਜ਼ਿਲ੍ਹੇ ਨੂੰ ਰਾਜ ਪੱਧਰੀ ਪਹਿਲਾ ਲੀਗਲ ਸਰਵਿਸ ਕੈਂਪ ਲਗਾਉਣ ਲਈ ਚੁਣਿਆ ਹੈ ਅਤੇ ਅੱਜ ਇਹ ਕੈਂਪ ਵੱਡੇ ਪੱਧਰ 'ਤੇ ਇੱਥੇ ਲਗਾਇਆ ਗਿਆ ਹੈ। ਪ੍ਰਮੁੱਖ ਤੌਰ 'ਤੇ ਮੈਂ ਸਭ ਤੋਂ ਪਹਿਲਾਂ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਤਰਨ ਤਾਰਨ ਵੱਲੋਂ ਆਨਰੇਬਲ ਮਿਸਟਰ ਜਸਟਿਸ TPS ਮਾਨ, ਜੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਅਤੇ ਐਗਜੈਕਟਿਵ ਚੇਅਰਮੈਨ ਪੰਜਾਬ ਕਰਦੀ ਹਾਂ, ਜਿਨ੍ਹਾਂ ਨੇ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਤਰਨ ਤਾਰਨ ਨੂੰ ਇਸ ਜ਼ਿੰਮੇਵਾਰੀ ਅਤੇ ਮੁਹਿੰਮ ਦੇ ਯੋਗ ਸਮਝਿਆ। ਇਸ ਕੈਂਪ ਨੂੰ ਕਾਮਯਾਬ ਕਰਨ ਲਈ ਸਾਰੇ ਯਤਨ ਜੋ ਕੀਤੇ ਗਏ ਸੀ ਅੱਜ ਇੱਕ ਸੰਤੁਸ਼ਟੀਪੂਰਨ ਠੋਸ ਰੂਪ ਅਖਤਿਆਰ ਕਰ ਰਹੇ ਹਨ। ਅਜਿਹੇ ਕਾਰਜ
ਕਦੇ ਵੀ ਇੱਕ ਤਰਫਾ ਯਤਨਾਂ ਨਾਲ ਕਾਮਯਾਬ ਨਹੀਂ ਹੁੰਦੇ। ਇਸ ਨੂੰ ਕਾਮਯਾਬ ਕਰਨ ਲਈ ਵੱਖ ਵੱਖ ਸਰਕਾਰੀ ਅਦਾਰਿਆਂ ਦੇ ਆਪਸੀ ਤਾਲਮੇਲ, ਸਹਿਯੋਗ ਅਤੇ ਸਮਰਪਣ ਦੀ ਲੋੜ ਹੁੰਦੀ। ਚੇਤਨਾ ਕੈਂਪ ਦਾ ਉਦਘਾਟਨ ਛਮਾ ਰੋਸ਼ਨ ਕਰਕੇ, ਸਰਸਵਤੀ ਵੰਦਨਾ ਦਾ ਗੁਣਗਾਨ ਕਰਕੇ ਕੀਤਾ ਗਿਆ। ਸਮਾਗਮ ਮੌਕੇ ਮੈਂਬਰ ਸੈਕਟਰੀ ਪੰਜਾਬ ਲੀਗਲ ਸਰਵਿਸ ਅਥਾਰਟੀ ਸ਼੍ਰੀਮਤੀ ਹਰਪ੍ਰੀਤ ਕੌਰ ਜੀਮਨ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ, ਐਡੀਸ਼ਨਲ ਮੈਂਬਰ ਸੈਕਟਰੀ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਏਐਸ ਚਿਰਗਿੱਲ ਅਤੇ ਐਸਐਸਪੀ ਤਰਨ ਤਾਰਨ ਦਰਸ਼ਨ ਸਿੰਘ ਮਾਨ ਹਾਜ਼ਰ ਸਨ, ਜਿਨ੍ਹਾਂ ਵੱਲੋਂ ਸਾਰੇ ਸਟਾਲਾਂ ਦਾ ਨਿਰੀਖਣ ਕੀਤਾ ਗਿਆ ਅਤੇ ਸੰਬੰਧਿਤ ਅਧਿਕਾਰੀਆਂ ਤੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਮੁੱਖ ਮਹਿਮਾਨ ਅਤੇ ਉਹਨਾਂ ਨਾਲ ਸਮੁੱਚੀ ਸਿਵਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਵੱਲੋਂ ਅੰਗਹੀਨ ਲੋੜਵੰਦ ਵਿਅਕਤੀਆਂ ਨੂੰ ਟ੍ਰਾਈਸਾਈਕਲ ਦਿੱਤੇ ਗਏ ਅਤੇ ਵੱਖ ਵੱਖ ਸਟਾਲਾਂ 'ਤੇ ਪਹੁੰਚ ਕੇ ਜਾਣਕਾਰੀਆਂ ਹਾਸਲ ਕੀਤੀਆਂ ਗਈਆਂ। But your availability is comparatively less, but still we are using our private sector sources. ਸਾਡੇ ਸੱਤ ਹੈ ਜੀ, ਸੱਤ ਸਾਡੇ ਜਿਹੜੇ ਕੇਸ ਚੱਲ ਰਹੇ ਨੇ ਜ਼ਿਲ੍ਹੇ 'ਚ, ਇੱਕ ਹੋਰ ਸਾਡਾ ਫੇਲ ਹੋਇਆ ਇਸ ਸਾਲ ਦੇ ਸੱਤ ਨਹੀਂ ਸਰ, ਉਹ ਜਿੰਨੇ ਜਿਹੜੇ ਫੇਲ ਹੋਏ ਜਿਹੜੇ ਵੱਖ ਵੱਖ ਸਟਾਲਾਂ ਤੋਂ ਹੁੰਦੇ ਹੋਏ ਮੁੱਖ ਮਹਿਮਾਨ ਅਧਿਕਾਰੀਆਂ ਦੀ ਟੀਮ ਸਮੇਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸਟਾਲ 'ਤੇ ਪੁੱਜੇ ਅਤੇ ਚੱਲ ਰਹੇ ਕੰਮਾਂ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ। ਉਮਰ ਵਜੋਂ ਵੋਟਰ ਕਾਰਡ ਦੇਖਣਾ ਜੀ ਅਤੇ ਲਿੰਕ ਕਰਨ ਲਈ ਆਧਾਰ ਕਾਰਡ ਚਾਹੀਦਾ ਰਾਸ਼ਟਰੀ ਬਾਲ ਸੁਰੱਖਿਆ ਕਾਰਜਕ੍ਰਮ
ਵੈਸੇ ਮੇਰੀ ਆਪਣੀ ਸਪੈਸ਼ਲਿਟੀ ਜਿਹੜੀ ਆ ਇਨ ਸਾਈਕੈਟ੍ਰਿਸਟ ਦੀ ਐਡਿਕਸ਼ਨ, ਉਹ ਵੀ ਕੀ ਆ ਗਿਆ ਸਰ? ਅਗਰ ਲਾਸਟ ਮੰਥ ਰਿਪੋਰਟ, ਲਾਸਟ ਈਅਰ ਰਿਪੋਰਟ ਦੇਖੀਏ, ਵੀ ਆਰ ਕੈਟਡ ਜੱਜ ਸਾਹਿਬਾਨ ਵੱਲੋਂ ਖਾਸ ਕਰ ਸਿਹਤ ਵਿਭਾਗ ਪਾਸੋਂ ਨਸ਼ਿਆਂ ਦੇ ਚੱਲ ਰਹੇ ਇਲਾਜ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਐਵਰੀਬਡੀ ਵੀ ਹੈਵ ਦੈਟ ਵਲੰਟਰੀ ਐਡਮਿਸ਼ਨ, ਵਲੰਟਰੀ ਓਪੀਡੀ ਔਰ ਇਨ ICD-10 ਕ੍ਰਾਈਟੀਰੀਆ ਇਟਸੈਲਫ ਦਾ ਸੈਕਿੰਡ ਪੁਆਇੰਟ ਹੀ ਹੈਗੀ ਹੈ ਕਿ ਦੇ ਐਕਚੁਲੀ ਆਰ ਵਿਲਿੰਗ, ਦੇ ਟਰਾਈ ਮੈਨੀ ਏ ਟਾਈਮਸ ਬਟ ਆਲ ਇਨ ਵੇ ਬਿਕੋਜ਼ ਇਟਸ ਦੈਟ ਕਰੋਨ। ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਜੱਜ ਸਾਹਿਬਾਨ ਨੂੰ ਜ਼ਿਲ੍ਹਾ ਪੁਲਿਸ ਮੁਖੀ ਦਰਸ਼ਨ ਸਿੰਘ ਮਾਨ ਹੋਰਾਂ ਵੱਲੋਂ ਜਾਣਕਾਰੀ ਦਿੱਤੀ ਗਈ। ਜਸਟਿਸ TPS ਮਾਨ ਹੋਰਾਂ ਵੱਲੋਂ ਇਸ ਚੇਤਨਾ ਕੈਂਪ ਬਾਰੇ ਪ੍ਰੈਸ ਕਾਨਫਰੰਸ ਮੌਕੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਨਾ ਸਿਰਫ ਕਾਨੂੰਨੀ ਸਹਾਇਤਾ ਲਈ ਵਕੀਲਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਂਦੀਆਂ, ਬਲਕਿ ਕਮਜ਼ੋਰ ਵਰਗ ਦੇ ਲੋਕਾਂ ਨੂੰ ਉਹਨਾਂ ਦੇ ਅਧਿਕਾਰ ਅਤੇ ਵੱਖ ਵੱਖ ਸਮਾਜ ਭਲਾਈ ਸਕੀਮਾਂ ਤਹਿਤ ਬਣਦੀਆਂ ਸਹੂਲਤਾਂ ਤੋਂ ਵੀ ਜਾਣੂ ਕਰਵਾਉਣ ਲਈ ਵਚਨਬੱਧ ਹੈ। ਇਸ ਮੰਤਵ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵਾਸੀਆਂ ਦੀ ਸੇਵਾ ਲਈ ਪਿੰਡ ਵਲਟੋਹਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ ਵਿੱਚ ਇੱਕ ਲੀਗਲ ਸਰਵਿਸਿਸ ਕੈਂਪ ਚੇਤਨਾ ਦੇ ਨਾਮ 'ਤੇ ਲਗਾਇਆ ਹੈ, ਜਿਸ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਲੀਗਲ ਸਰਵਿਸ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰ ਅਤੇ ਤਕਰੀਬਨ ਪੈਨਲ ਵਕੀਲਾਂ ਦੀ ਮਦਦ ਨਾਲ ਕੈਂਪ ਵਿੱਚ ਸ਼ਾਮਲ ਕਰੀਬ 4,000 ਲੋਕਾਂ ਨੂੰ ਲੋਕ ਭਲਾਈ ਦੀਆਂ ਵੱਖਰੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ। ਕੈਂਪ ਦੌਰਾਨ ਪੈਰਾਲੀਗਲ ਵਲੰਟੀਅਰ ਅਤੇ NGOs ਦੀ ਮਦਦ ਨਾਲ ਲੋੜਵੰਦਾਂ ਦੇ ਫੋਰਮ ਭਰ ਕੇ ਸੰਬੰਧਿਤ ਅਧਿਕਾਰੀਆਂ ਨੂੰ ਦਿੱਤੇ ਗਏ। ਅੱਜ ਦੇ ਕੈਂਪ ਵਿੱਚ ਵੱਖ ਵੱਖ ਸਕੀਮਾਂ ਅਧੀਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਭ ਮੁਹੱਈਆ ਕਰਵਾਇਆ ਗਿਆ। ਵੱਖਰੇ ਵੱਖਰੇ ਵਿਭਾਗਾਂ ਨੇ ਇਸ ਕੈਂਪ ਵਿੱਚ 26 ਸਟਾਲ ਲਗਾਏ ਅਤੇ ਕੈਂਪ ਵਿੱਚ ਆਏ ਲੋਕਾਂ ਨੂੰ ਭਲਾਈ ਸਕੀਮਾਂ ਦਾ ਫਾਇਦਾ ਦੇਣ ਲਈ ਜਾਣਕਾਰੀ ਦਿੱਤੀ, ਫਾਰਮ ਭਰਵਾਏ ਅਤੇ ਮੌਕੇ 'ਤੇ ਹੀ ਕਾਫੀ ਲੋਕਾਂ ਨੂੰ ਲਾਭ ਪਹੁੰਚਾਇਆ। ਇਹਨਾਂ ਕੈਂਪਾਂ ਵਿੱਚ ਲੋਕਾਂ ਨੇ ਮਨਰੇਗਾ, ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ, ਅਨਔਰਗਨਾਈਜ਼ਡ ਵਰਕਰ ਸਕੀਮ, ਸ਼ਗਨ ਸਕੀਮ, ਆਸ਼ੀਰਵਾਦ ਸਕੀਮ, ਵਿਡੋ ਪੈਨਸ਼ਨ, ਓਲਡ ਏਜ ਪੈਨਸ਼ਨ, ਡਿਸਬਿਲਿਟੀ ਪੈਨਸ਼ਨ ਸਕੀਮਸ ਆਫ ਐਗਰੀਕਲਚਰ ਡਿਪਾਰਟਮੈਂਟ, ਸਕੀਮਸ ਆਫ ਫੂਡ ਐਂਡ ਸਪਲਾਈਜ਼ ਡਿਪਾਰਟਮੈਂਟ, ਸਕੀਮਸ ਆਫ ਐਜੂਕੇਸ਼ਨ ਡਿਪਾਰਟਮੈਂਟ, ਰੂਰਲ ਟੋਇਲਟਸ, ਹਾਰਟੀਕਲਚਰ ਡਿਵੈਲਪਮੈਂਟ ਨਾਲ ਸੰਬੰਧਿਤ ਸਕੀਮਾਂ ਅਧੀਨ ਲਾਭ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਲੋਕਾਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ, ਇੰਪਲੋਇਮੈਂਟ ਬਿਊਰੋ, ਨੋ ਟੂ ਡਰੱਗਸ, ਏਡਸ, HIV, ਟਿਊਬਰਕਲੋਸਿਸ ਬਾਰੇ ਜਾਗਰੂਕ ਕੀਤਾ। ਸਾਂਝ ਕੇਂਦਰ ਦਾ ਵੀ ਇੱਕ ਵੱਖਰਾ ਸਟਾਲ ਲਗਾਇਆ ਗਿਆ ਅਤੇ ਲੋਕਾਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਗਈ।
ਇਹ ਸੀ ਅੱਜ ਇੱਥੇ ਜੋ ਅਸੀਂ ਬਲਟੋਹਾ ਦੇ ਵਿੱਚ ਕੀਤਾ ਹੈ ਕੈਂਪ, ਵੱਖਰੇ ਵੱਖਰੇ 26 ਵੱਖਰੇ ਕੈਂਪ ਲੱਗੇ ਸੀਗੇ, ਜਿੱਦਾਂ ਜਿਨ੍ਹਾਂ ਨੂੰ ਕੋਈ ਸੇਵਾਵਾਂ ਦੀ ਲੋੜ ਸੀ ਉਹਨਾਂ ਨੂੰ ਦੱਸਿਆ ਗਿਆ, ਉਹਨਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਗਈਆਂ, ਜਿਹੜੀ ਨਹੀਂ ਅੱਜ ਮੌਕੇ 'ਤੇ ਕਰ ਸਕੇ ਉਹਨਾਂ ਦਾ ਵੀ ਵਾਸਤੇ ਅਥੋਰਿਟੀਜ਼ ਨੇ ਕਿਹਾ ਕਿ ਜਲਦੀ ਤੋਂ ਜਲਦੀ ਇਹ ਕੰਮ ਕੀਤਾ ਜਾਵੇ। ਸਰ, ਵੱਖ ਵੱਖ ਸਟਾਲਾਂ ਦਾ ਜਿਹੜਾ ਰਿਵਿਊ ਕੀਤਾ ਉਹਦੇ 'ਚ ਕੀ ਕੰਮ ਸੈਟਿਸਫਾਈ ਦਿਸਿਆ ਤੁਹਾਨੂੰ ਸਰ? ਜੀ, ਅਸੀਂ ਇਹ ਦੇਖਦੇ ਸੀ ਕਿ ਉੱਪਰੋਂ ਉੱਪਰੋਂ ਕਹਿਣਾ ਕਿ ਜੀ ਸਾਨੂੰ ਪਤਾ ਲੱਗ ਗਿਆ, ਅਸੀਂ ਪਤਾ ਦੱਸਤਾ ਹੈਗਾ ਕਿਸੇ ਨੂੰ ਜਿਹੜੀ ਜਿਹੜੀ ਲੋੜ ਹੈ, ਪਰ ਅਸਲ ਜਿਹੜਾ ਰੂਟ ਤੱਕ ਨਹੀਂ ਅਸੀਂ ਪ੍ਰੋਬਲਮ ਦੇ ਜਲਦੀ ਪਹੁੰਚੇ ਨਹੀਂ, ਅਸੀਂ ਇਹ ਰੂਟ ਤੋਂ ਬਹੁਤ ਦੂਰ ਹਜੇ ਹਾਂ। ਸਾਨੂੰ ਬਿਲਕੁਲ ਥੱਲੇ ਦੇ ਪੈਰ 'ਤੇ ਜਾ ਕੇ ਦੇਖਣਾ ਪੈਣਾ ਕਿ ਬੰਦਿਆਂ ਨੂੰ ਜਿਸ ਨੂੰ ਫਾਇਦਾ ਹੋਣਾ ਹੈ ਉਸ ਨੂੰ ਫਾਇਦਾ ਹੋ ਰਿਹਾ ਕਿ ਨਹੀਂ ਹੋ ਰਿਹਾ, ਉਸ ਬਾਰੇ ਅਸੀਂ ਅਥੋਰਿਟੀਜ਼ ਨੂੰ ਥੋੜ੍ਹਾ ਜਿਹਾ ਚੁਕੰਨੇ ਕੀਤਾ ਹੈ। ਸਰ, ਉਹਦੇ ਲਈ ਕੋਈ ਇੰਸਟਰਕਸ਼ਨ ਦਿੱਤੀਆਂ ਗਈਆਂ ਜੀ? ਦਿੱਤੀਆਂ ਗਈਆਂ ਹੈ ਜੀ ਕਿ ਜਲਦੀ ਤੋਂ ਜਲਦੀ ਇਹਨਾਂ ਮਾਮਲਿਆਂ 'ਚ ਦੇਖਿਆ ਜਾਵੇ ਔਰ ਸਾਨੂੰ ਉਮੀਦ ਹੈ ਕਿ ਨਿਪਟਾਰਾ ਹੋਵੇ। ਸਰ, ਵੇਖਣ ਜਾਂ ਤਰਨ ਦਾ ਜ਼ਿਲ੍ਹਾ ਸਰਹੱਦੀ ਜ਼ਿਲ੍ਹਾ ਹੈ, ਇੱਥੇ ਵੀ ਟੀਚਰਾਂ ਦੀ ਬਹੁਤ ਘਾਟ ਆ, ਸਿਹਤ ਮਹਿਕਮੇ ਦੀ ਸਰਕਾਰੀ ਮਾਮਲੇ ਬਹੁਤ ਘੱਟ ਪਾਈ ਜਾ ਰਹੀ ਹੈ, ਹੁਣ ਉੱਪਰ ਬੋਰਡ ਦੇ ਪੇਪਰ ਆ ਰਹੇ ਆ ਔਰ ਬੱਚੇ ਕਾਫੀ ਤੱਕ ਫੇਲ ਹੋ ਸਕਦੀ ਆ, ਆਸ ਹੋ ਸਕਦੀ ਹੈ, ਅਤੇ ਕੀ ਇਹਦਾ ਸਰਕਾਰ ਨੂੰ ਲਿਖਿਆ ਜਾਊਗਾ ਕੁਛ? ਇਹ ਅਸੀਂ ਡਿਪਟੀ ਕਮਿਸ਼ਨਰ ਨੂੰ ਦੇਖਾਂਗੇ, ਪੁੱਛ ਕੇ ਗੱਲ ਕਰਕੇ ਕਿਸ ਤਰ੍ਹਾਂ ਕੀਤੀ ਜਾ ਸਕਦਾ ਹੈ ਟੀਚਰਸ ਵਗੈਰਾ ਦੀ ਅਪੁਆਇੰਟਮੈਂਟ ਵਗੈਰਾ। ਇੱਕ ਸਾਡੇ ਕੋਈ ਪਹਿਲਾਂ ਸਾਡੇ ਦੌਰ 'ਚ ਆਇਆ ਸੀ ਕਿ ਕੋਈ ਟੀਚਰਾਂ ਦੀ ਅਪੁਆਇੰਟਮੈਂਟਸ ਹੋਈਆਂ ਹੈ ਪ੍ਰੋਪਰ, ਪਰ ਉਹ ਉੱਥੇ ਸਕੂਲ ਨਹੀਂ ਪਹੁੰਚਦੇ ਟੀਚਰ, ਕੁਛ ਟੀਚਰਸ ਨੇ ਦੀ ਅਪੁਆਇੰਟਮੈਂਟ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਜਿਸ ਤਰ੍ਹਾਂ ਕਿ ਆਊਟਸੋਰਸ ਹੀ ਕੀਤੀ ਹੈ ਆਪਣੀ ਸਰਵਿਸਿਸ, ਕਿਸੇ ਹੋਰ ਨੂੰ ਲਗਾ ਕੇ ਉੱਥੇ ਪੜ੍ਹਾਈ ਕਰਵਾਈ ਜਾ ਰਹੀ, ਬਟ ਅਲਟੀਮੇਟਲੀ ਸਿਸਟਮ ਨਾਲ ਇਹ ਧੋਖਾ ਹੋ ਰਿਹਾ ਹੈ, ਇਹ ਨਹੀਂ ਹੋਣਾ ਚਾਹੀਦਾ। ਮੈਂ ਰਿਕੁਐਸਟ ਕਰਾਂਗਾ ਡਿਪਟੀ ਕਮਿਸ਼ਨਰ ਨੂੰ ਕਿ ਇਨਸ਼ੋਰ ਕਰੋ ਕਿ ਜੋ ਟੀਚਿੰਗ ਵਾਸਤੇ ਜੋ ਇੰਪਲੋਇਮੈਂਟਸ ਦੇਣੀਆਂ ਹੈ ਉਹ ਦਿੱਤੀਆਂ ਜਾਣ ਔਰ ਇਨਸਿਸਟ ਅਪੋਨ ਕੀਤਾ ਜਾਵੇ ਕਿ ਜਿਹੜੇ ਟੀਚਰਸ ਹੈ ਉਹ ਜਾ ਆਪਣੇ ਸਕੂਲਾਂ 'ਚ ਜਾ ਕੇ ਆਪਣੀ ਡਿਊਟੀ ਪੂਰੀ। ਸਰ, ਇਹਦੇ ਲਈ ਇੱਕ ਬਾਰਡਰ ਡਾਇਰੈਕਟੋਰੇਟ ਵੱਖਰਾ ਕਰਨ ਦੀ ਗੱਲ ਚੱਲੀ ਸੀ, ਉਹਦੇ ਬਾਰੇ ਸਰ? ਐਜੂਕੇਸ਼ਨ ਸਿਸਟਮ ਦੇ ਵਿੱਚ ਬਾਰਡਰ ਦਾ ਡਾਇਰੈਕਟੋਰੇਟ ਵੱਖਰਾ ਕਰਨ ਲਈ ਗੱਲ ਚੱਲੀ ਸੀ ਕਿ ਟ੍ਰਾਂਸਫਰ ਦੀ ਜਿਹੜੀ ਪ੍ਰੋਬਲਮ ਆਉਂਦੀ ਹੈ ਉਹ ਕ੍ਰੀਏਟ ਨਾ ਹੋਏ। ਮੈਂ ਇਸ ਬਾਰੇ ਮੈਨੂੰ ਹਜੇ ਕੋਈ ਜਾਣਕਾਰੀ ਨਹੀਂ ਹੈ, ਪਰ ਜੇ ਕੋਈ ਪਤਾ ਲੱਗੇਗਾ ਕਿ ਇਸ ਦਾ ਕੋਈ ਮੂਵ ਸੀਗੀ, ਮੈਂ ਸਪੋਰਟ ਕਰਾਂਗਾ ਇਹ ਕਿ ਬਾਰਡਰ ਦੇ ਏਰੀਆ ਦੇ ਬੰਦਿਆਂ ਨੂੰ ਕੋਈ ਟੀਚਰਸ ਨੂੰ ਫਾਇਦਾ ਹੋਵੇ। ਸਰ, ਇੱਕ ਤੁਹਾਡੇ ਜਿਹੜੀ ਸਕੀਮ ਚਲਾਈ ਜਾ ਰਹੀ ਹੈ, ਕੋਈ ਗਰੀਬ ਬੰਦਾ ਜਿਹੜਾ ਕਿਸ ਨਹੀਂ ਲੈ ਸਕਦਾ ਫ੍ਰੀ ਕਿਸ ਤੁਹਾਡੇ ਕਰਾਏ ਜਾ ਰਹੇ ਆ, ਉਹ ਕੀ ਜਾਣਕਾਰੀ ਆਪਾਂ ਦੇ ਸਕਦੇ ਆਪਾਂ? ਕਿਹੜੀ ਚੀਜ਼? ਜਿੱਦਾਂ ਕੋਈ ਗਰੀਬ ਬੰਦਾ ਕੋਈ ਕੇਸ ਆ ਫੌਜਦਾਰੀ ਦਾ ਕੇਸ ਲੜਨਾ ਹੋਵੇ ਜਾਂ ਕੋਈ ਨਹੀਂ ਲੜ ਸਕਦਾ, ਪੈਸੇ ਨਹੀਂ ਹੁੰਦੇ? ਤੁਸੀਂ ਮੁਫਤ ਕਾਨੂੰਨੀ ਸਹਾਇਤਾ ਦੀ ਗੱਲ ਕਰਦੇ ਹੋ, ਜਿਹੜੇ ਬੰਦਿਆਂ ਦੇ ਜਿੱਦਾਂ ਸਕੀਮਾਂ ਵੱਖਰੀਆਂ ਵੱਖਰੀਆਂ ਹੈਗੀਆਂ, ਜਿਸ ਕੋਲ ਵਕੀਲ ਕਰਨਾ ਹੈ ਪਰ ਵਕੀਲ ਨੂੰ ਫੀਸ ਦੇਣ ਜੋਗੇ ਉਹਨੂੰ ਕੋਈ ਪੈਸੇ ਨਹੀਂ ਹੈ, ਤਾਂ ਉਹ ਉਸਨੂੰ ਜਿਹੜੇ ਆਪਣੇ ਸਾਡੇ ਪੈਨਲ ਦੇ ਕੌਂਸਲ ਹੈਗੇ ਆ ਉਹਨਾਂ ਦੀ ਡਿਊਟੀ ਲਾ ਕੇ ਉਹਨਾਂ ਕੋਲੋਂ ਕੇਸਿਸ ਦੇ ਉਹਨਾਂ ਦੀ ਪੈਰਵੀ ਕਰਵਾ ਸਕਦੇ ਹਾਂ, ਤੋ ਉਸ ਕਲਾਇੰਟ ਨੂੰ ਇੱਕ ਵੀ ਪੈਸਾ ਨਹੀਂ ਦੇਣਾ ਪੈਂਦਾ ਉਸ ਵਕੀਲ ਨੂੰ, ਇਹ ਸਾਰਾ ਸਾਡਾ ਲੀਗਲ ਸਰਵਿਸ ਅਥੋਰਿਟੀਜ਼ ਨੇ ਹੀ ਉਸ ਪੈਸੇ ਦੀ ਦੇਖ ਕੇ ਕਰਨੀ ਹੈ। ਤੋ ਬਟ ਲਿਟੀਗੈਂਟ ਜਿਹੜਾ ਹੈ ਉਸਨੂੰ ਫਾਇਦਾ ਹੋ ਜਾਂਦਾ, ਉਹਦਾ ਵਕੀਲ ਹੁੰਦਾ ਹੈ ਔਰ ਜਿਸ ਸਟੇਜ 'ਤੇ ਵੀ ਲੜਨਾ ਚਾਹੇਗਾ ਕਲਾਇੰਟ ਆਪਣੇ ਕੇਸ ਦੇ ਬਾਰੇ। ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਵੇਖ